یا رب محمد و آل محمد صلی علی محمد و آل محمد وعجل فرج آل محمد ولعن اعداءهم من الجن والانس من الاولین والآخرین یا مدبر الامور و یا باعث من فی القبور ويا مجري البحور ويا ملين الحديد لداود عليه الصلاة والسلام ربنا افعل بنا ما انت احلو ولا تفعل بنا ما نحن احلو بحق محمد وآله الطيبين الطاهرين المعصومين یا من یکفی من کل شے ولا یکفی منہ شے اکفنی ما احمنی یا اللہ نزیلوں کا ہے سو متا جہت رقابی و زیفوں کا ہے سو کنتو من البلاد یا صاحب العصر والزمان ادرکنی ولا تہلکنی بحق امک و جدتک فاطمۃ الزہرا جناب سیدہ طاہرہ دا نام نامی ہے، سارے حضرات صلوات پڑھو یا رب الحسین بحق الحسین اشف صدر الحسین بے ظہور القائم۔ ایک دفعہ سورت الحمد اور کل پڑھ کے بانیان مجلس دے جملہ مرحومین مغفورین زن و مردی ارواح اور جملہ مومنین و مومنات اموات دی ارواح اور جملہ شہدائے ملت جعفریہ دی ارواح نو بخش چھوڑو۔ بسم اللہ الرحمن الرحیم۔ سارے پڑھو چا خیر ہے۔ الحمدللہ رب العالمین الرحمن الرحیم مالک یوم الدین ایاک نعبد و ایاک نستعین اهدنا الصراط المستقیم صراط الذین انعمت علیہم غیر المغضوب علیہم ولا الضالین۔ بسم اللہ الرحمن الرحیم۔ قل هو اللہ احد اللہ الصمد لم یلد ولم یولد ولم یکن له کفوا احد۔ الہی ذکر پاک دا ثواب، قرآن و فاتح دا ثواب، لنگر و نیاز دا ثواب، مرحومین مغفورین دی ارواح نو پہنچا، درجات بلند فرما، اعلی علیین اچ جگہ عطا فرما، عذاب قبر و برزخ و حشر تو محفوظ فرما، شفاعت آل محمد نصیب فرما۔ جتنے مومنین مومنات ذکر پاک اچ جو جو حاجات لے کے عین پورے فرما، زائرین و مسافرین دے سفر نو بے خطر فرما، علی ولی اللہ پڑھن والا دی ہر جگہ تے حفاظت فرما، سادات اور مومنین دی عزت و ناموس دی حفاظت فرما۔ الہی پرفتن دور ہے، پرآشوب زمانہ ہے، امام قائم علیہ السلام دا جلدی ظہور فرما۔ جڑے حضرات ظہور دی دعا تے آمین نو پیا دے، کسے مولوی صاحب نال اٹھی ہو، مینوں تے ایں لگ لے کہ مولوی نال اٹھی جوئیں،
ਮੌਲਵੀ ਗਰੀਬ ਪਤਨੀ ਆਪ ਹੀ ਵਹਿੰਦੇ ਜੰਨਤ ਵਿੱਚ ਕਿ ਨਹੀਂ ਵਹਿੰਦਾ ਜੀ। ਅਤੇ ਮੈਂ ਦੁਬਾਰਾ ਦੁਆ ਮੰਗ ਰਿਹਾ, ਸਾਰੇ ਆਮੀਨ ਆਖੋ। ਇਲਾਹੀ ਮਾਲਿਕ ਅਤੇ ਵਾਰਿਸ ਦਾ ਜਲਦੀ ਜ਼ਹੂਰ ਫਰਮਾ, ਸਾਡੀ ਸੀਰਤ, ਸਾਡੀ ਸੂਰਤ, ਸਾਡਾ ਅਮਲ, ਸਾਡਾ ਕਿਰਦਾਰ ਵੀ ਐਸਾ ਬਣਾ ਮੌਲਾ ਦੀ ਜ਼ਿਆਰਤ ਤੋਂ ਮੁਸ਼ਰਫ ਹੋ ਸਕੀਏ। ਰੱਬਾਨਾ ਤਕੱਬਲ ਦੁਆ ਇਨਾ ਕਾਂਤ ਸਮੀਉਨ ਅਲੀਮ, ਰੱਬੇ ਸੁਲੇ ਅਲਾ ਮੁਹੰਮਦਿਨ ਵ ਆਲੇ ਮੁਹੰਮਦ ਵਾਜਿਲ ਫਰਜਾ ਆਲੇ ਮੁਹੰਮਦ। ਸਲਾਵਾਤ ਸਾਰੇ ਹਜ਼ਰਾਤ ਅਜ਼ੀਮ ਇਬਾਦਤ ਦੀ ਕਬੂਲੀਅਤ ਵਾਸਤੇ ਮਿਲ ਕੇ ਸਲਾਵਾਤ ਪੜ੍ਹੋ। ਅੱਲਾਹੁਮਾ ਹੁਕਮ ਇਵੇਂ ਹੈ ਬਈ ਸਵਾਲੀ ਨੂੰ ਖਾਲੀ ਨਹੀਂ ਮੋੜਨਾ ਚਾਹੀਦਾ, ਹੈ ਨਾ ਹੁਕਮ? ਅਤੇ ਬਸ ਸਵਾਲੀ ਹੋਵੇ ਸੈਯਦ ਤਾਂ ਉਹਨੂੰ ਤਾਂ ਉਹਨੇ ਖਾਲੀ ਨਹੀਂ ਮੋੜਨਾ ਚਾਹੀਦਾ। ਅਤੇ ਮੈਂ ਚੰਦਾ ਨਾ ਮੰਗਦਾ, ਮੇਰਾ ਇੱਕੋ ਸਵਾਲ ਹੈ ਬਈ ਮੈਂ ਬੈਠੇ ਬੈਠੇ ਅੱਧਾ ਅੱਧਾ ਕਦਮ ਅੱਗਾਂ ਥੀ ਆਓ, ਆਓ ਜਿਹੜੇ ਅੱਗੋਂ ਅੱਗੋਂ ਬੈਠੇ ਹੋ ਨਾ, ਆਓ ਸਾਰੇ ਆਓ 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 ਆਓ। ਜਿਹੜਾ ਹਲ ਸੀ ਉਹ ਜੰਨਤ ਦੇ ਬੂਹੇ 'ਤੇ ਨਖੜ ਸੀ, ਆਓ ਸਹੀ ਆਓ ਆਓ। ਜੇ ਚੰਗਾ ਬੱਲਾ ਵਿੱਚ ਫਾਸਲਾ ਰੱਖੀ ਬੈਠਣ ਸਹੀ, ਆਪਣੇ ਆਪਣੇ ਮਰੀਜ਼ਾਂ ਦੀ ਸ਼ਿਫਾ ਵਾਸਤੇ ਬੁਲੰਦ ਆਵਾਜ਼ ਨਾਲ ਸਲਵਾਤ ਪੜ੍ਹੋ। ਅਮਵਾਤ ਦੀ ਮਗਫਿਰਤ ਵਾਸਤੇ ਸਲਵਾਤ, ਬੇਔਲਾਦ ਮੂਮਿਨੀਨ ਦੀਆਂ ਝੋਲੀਆਂ ਆਬਾਦ ਹੋਣ ਵਾਸਤੇ ਸਲਵਾਤ, أعوذ بالله من الشيطان اللعين الرجيم، بسم الله الرحمن الرحيم، الصلاة والسلام على رَسُولِ الْكَرِيمِ أَبِ الْقَاسِمِ مُحَمَّدٍ وَعَلَى آلِهِ الطَّيِّبِينَ الطَّاهِرِينَ، فقد قال الله الكريم في القرآن العظيم، بسم الله الرحمن الرحيم، إنما يريد الله ليذهب عنكم الرجس أهل البيت ويطهركم تطهيرا.
ਮੌਲਾ ਬਾਨੀਆਂ ਨੇ ਮਜਲਿਸ ਦੀ ਜ਼ਿੰਦਗੀ ਦਰਾਜ਼ ਫਰਮਾਵੇ ਔਰ ਮੌਲਾ ਤੁਹਾਡੀ ਵੀ ਜ਼ਿੰਦਗੀ ਦਰਾਜ਼ ਫਰਮਾਵੇ ਅਤੇ ਮੌਲਾ ਪੜ੍ਹਨ ਵਾਲਿਆਂ ਨੂੰ ਵੀ ਸਲਾਮਤ ਰੱਖੇ। ਅੱਜ ਕੁਦਰਤੀ ਮਿਹਰਬਾਨੀ ਤਾਂ ਫਰਮਾਈ ਨੇ ਮੈਨੂੰ ਪਹਿਲੇ ਪੜ੍ਹਨ ਦਿੱਤਾ ਹੀ ਨਹੀਂ ਤਾਂ 30 ਸਾਲ ਹੋ ਗਏ। ਉਹ ਜਦੋਂ ਬਾਕਿਰ ਕੋਲ ਮਜਲਿਸ ਆਉਂਦੀ ਆਈ ਉਸ ਦੌਰ ਕੋਲੋਂ ਇਹ ਸੜਕ ਕੋਈ ਨਹੀਂ ਉਸ ਵੇਲੇ ਜੇ ਅੱਗੇ ਮੈਂ ਗੱਲ ਕਰਿੰਦਾ ਪਿਆ ਵੀ ਬਈ ਇੱਕ ਦਫ਼ਾ ਮੇਰੇ ਕੋਲ ਹੀ ਗੱਡੀ ਕੋਈ ਨਹੀਂ ਅਤੇ ਮੋਟਰਸਾਈਕਲ ਹੀ ਥੋੜ੍ਹੇ ਹਨ ਅਤੇ ਵੱਧ ਉੱਠ ਰੇੜੇ 'ਤੇ ਚੜ੍ਹ ਕੇ ਮੈਂ ਆਇਆ ਹਾਂ। ਬੰਦੇ ਨੂੰ ਗੱਲ ਭੁੱਲਣੀ ਨਹੀਂ ਚਾਹੀਦੀ। ਮੌਲਾ ਫਰਮਾਉਂਦੇ ਨੇ ਕਦੀ ਤੁਹਾਡੇ ਜ਼ਿਹਨ ਤਕੱਬਰ ਜਾਂ ਫਖਰ ਆਵੇ ਨਾ ਤਾਂ ਥੋੜ੍ਹਾ ਜਿਹਾ ਪਿੱਛਾ ਵੇਖ ਲਿਆ ਕਿਨਾਂ ਨੂੰ ਤਾਂ ਸਮਝ ਆਉਂਦੀ ਪਈ ਹੈ। ਜਿਹੜੇ ਵੇਲੇ ਜ਼ਿਹਨ 'ਚ ਫਖਰ ਆਵੇ ਤਕੱਬਰ ਆਵੇ ਮੈਂ ਇਹ ਹਾਂ ਮੈਂ ਉਹ ਹਾਂ ਤਾਂ ਥੋੜ੍ਹਾ ਜਿਹਾ ਇਹਨੇ ਅੱਖੀਂ ਨੋਟ ਕੇ ਅਤੇ ਰੇਲ ਪਿੱਛਾ ਘੁਮਾ ਲਈ ਨਾ ਅਤੇ ਆਪਣਾ ਪੈਦਲ ਵਾਲਾ ਦੌਰ ਸਾਈਕਲ ਵਾਲਾ ਦੌਰ ਮੋਟਰਸਾਈਕਲ ਵਾਲਾ ਦੌਰ ਰੇਹੜੀ ਵਾਲਾ ਦੌਰ ਬੱਸ ਵਾਲਾ ਦੌਰ ਵੇਗਨ ਵਾਲਾ ਦੌਰ ਇਹ ਯਾਦ ਕਰ ਲਿਆ ਨਾ ਤਾਂ ਵੱਧ ਬੰਦਾ ਆਪਣੇ ਇਹਨੇ ਗੱਲ ਤੋ ਅਲਹਮਦੁਲਿਲਾ ਸਾਥ ਬੜਾ ਅੱਛਾ ਨਿਭਦਾ ਪਿਆ ਅਤੇ ਮੌਲਾ ਕਰੇਸੀ ਬੱਚੇ ਵੀ ਬੜੇ ਅੱਛੇ ਹਨ ਅਤੇ ਜ਼ਿਕਰੀ ਮੈਂ ਕਾਇਮ ਉਹ ਦਾਇਮ ਰਾਸੀ ਤੁਸਾਂ ਬਸ ਮੌਜੂ ਸ਼ੁਰੂ ਤੁਸਾਂ ਔਰ ਮੈਂ ਫਰੂਆ ਅਤੇ ਦੀਨ 'ਤੇ ਅਮਲ ਕਰਨ ਵਾਸਤੇ ਕੁਰਾਨ ਦੇ ਹੁਕਮ ਦੇ ਮੁਹਤਾਜ ਹੈ। ਇੱਕ ਦਫਾ ਮੁੜ ਸੁਣੋ ਤੁਸਾਂ ਅਤੇ ਮੈਂ ਫਰੂਆ ਅਤੇ ਦੀਨ ਜਿਹੜੇ ਆਮ ਦੀਨਿਆਤ ਦੀਆਂ ਕੁਤਬ ਵਿੱਚ ਲਿਖੇ ਗਏ ਹਨ ਉਹ ਡਾਂ ਹਨ ਨਮਾਜ਼ ਆਖੋ ਚਾ ਮੈਂ ਜਮਾਤ ਕਰਾਂ ਜੋ ਡਰ ਗਏ ਨਮਾਜ਼ ਰੋਜ਼ਾ ਹੱਜ ਜ਼ਕਾਤ ਖੁਮਸ ਜਿਹਾਦ ਅਮਰ ਬਿਲ ਮਾਰੂਫ ਨਹੀਂ ਅਨਿਲ ਮੁਨਕਰ ਮੁਨਕਰ ਨਾ ਨਹੀਂ ਅਨਿਲ ਮੁਨਕਰ ਤਵੱਲਾ ਤਬੱਲਾ ਏਡਾ ਹਨ ਮੋਟੇ ਮੋਟੇ ਵੱਡੇ ਵੱਡੇ ਵਗਰਨਾ ਫਰੂਆ ਅਤੇ ਦੀਨ ਬਹੁ ਹਨ ਵੱਡੇ ਵੱਡੇ ਈਏ ਹਨ। ਤੁਹਾਨੂੰ ਵੀ ਸਮਝ ਆਉਂਦੀ ਪਈ ਹੈ ਭਲਾ ਉਹਨੇ ਇਹਨਾਂ ਫਰੂਆ ਅਤੇ ਦੀਨ 'ਤੇ ਅਮਲ ਕਰਨ ਵਾਸਤੇ ਤੁਸਾਂ ਅਤੇ ਮੈਂ ਅੱਲਾਹ ਦੇ ਕੁਰਾਨ ਦੇ ਹੁਕਮ ਦੇ ਮੁਹਤਾਜ ਹੈ। ਚਲੋ ਤੁਸਾਂ ਵੱਡੇ ਤਾਂ ਸਮਝੀ ਬੈਠੇ ਹੋ ਅਤੇ ਬੱਚਿਆਂ ਕੀਤੇ ਇੱਕ ਜੁਮਲਾ ਵੀ ਆਦ ਹਾਂ ਯਾਨੀ ਤੁਸਾਂ ਅਤੇ ਮੈਂ ਪਹਿਲੇ ਨਮਾਜ਼ ਨਹੀਂ ਪੜ੍ਹੀ ਪਹਿਲੇ ਹੁਕਮੇ ਕੁਰਾਨ ਆਇਆ ਹੁਕਮੇ ਇਲਾਹੀ ਆਇਆ ਯਾ ਅਯੂਹਲ ਲਜ਼ੀਨਾ ਆਮਨੂ ਅਕੀਮੁ ਸਲਾਤ ਐ ਈਮਾਨ ਵਾਲਿਆਂ ਨਮਾਜ਼ ਪੜ੍ਹੋ ਵੱਧ ਤੁਸਾਂ ਅਤੇ ਮੈਂ ਪੜ੍ਹੀ। ਹੁਣ ਹੁਣ ਜ਼ਿਹਨ ਦੀ ਗੱਲ ਹੈ ਪਹਿਲੇ ਨਿਸੇ ਪੜ੍ਹੀ ਪਹਿਲੇ ਕਿਹਾ ਹੈ ਹੁਕਮ ਅਤੇ ਮੁੜ ਤੁਸਾਂ ਅਤੇ ਮੈਂ ਨਮਾਜ਼ ਮੇਰੇ ਲਿਖਾ ਹੈ ਇਵਰੇ ਤੋਂ ਪਹਿਲੇ ਹੁਕਮ ਹੈ ਯਾ ਅਯੂਹਲ ਲਜ਼ੀਨਾ ਆਮਨੂ ਵਾਤੁ ਜ਼ਕਾਤ ਐ ਈਮਾਨ ਵਾਲਿਓ ਜ਼ਕਾਤ ਦਿਓ
پہلے حکم آیا ہے ور تساں تے میں میرے لکھ سو بچا ور تساں تے میں زکات دیتی یا ایھا الذین آمنوا کتب علیکم الصیام اے ایمان والیو تواڈے اُتے روزے رکھنے واجب ہیں جڑے سیر نیوے پہ ہلیں دے کل روزہ ہے ہلے تو دو مہینے کھڑے نا رجب تے شعبان پہلے حکم ہے وللہ علی الناس حج البیت من استطاع الیہ سبیلا اے ایمان والیوں جڑے مستطیع ہو سال دا خرچہ رکھ دیو تے وقت بھی تواڈے کول پیسے اتنے بچ جاویں جو تسی حج کر سکدے ہو تو تواڈے تے حج کرنا واجب ہے جڑا یا علی ناک سی وڈا وہابیو سی بولو یا تو لنگر زیادہ کھائے ہو تو یا حالیں بھوک لگی بیٹھی او جی پیر جی کیا پیر جی میرے سامنے آن بو میرے شاگرد تو سامنے باویں نا غور ہے یہ ہوں گل ذہن چ آ گئی نا پہلے حکم نماز وقت واڑی میری نماز پہلے حکم زکوٰۃ وقت واڑی میری زکوٰۃ پہلے حکم روزہ وقت واڑا میرا روزہ پہلے حکم حج وقت واڑی میری حج تو تساں تے میں فروعات دین تے عمل کرن واسطے محتاج حکم قرآن ہیں اگر میری 8 منٹاں دی تمہید تواڈے ذہن وچ آ گئی ہے تو ہن میں کو پتہ لگ سی تساں تے میں فروعات دین تے عمل کرن واسطے محتاج حکم قرآن ہے مگر قرآن نازل ہون واسطے محتاج عمل آل محمد ہے آئیے ذہنی تھی ہن بدلا کے پیا تھا مانا یہ ہوئے بابا جی مانا یہ ہوئے مانا یہ ہوئے مگر بدلا کے پیا دا تواڈی میری بلکہ انجا کھاں پہلے قرآن بعد وچ تواڈا میرا عمل ہے سر نہیں بھائی سر ہلو تو راشا ہو ویندا ہے پہلے قرآن بعد وچ تواڈا میرا عمل کہیں کو سمجھ آسی پہلے قرآن بعد وچ تواڈا میرا عمل 14 دا پہلے عمل ہے بعد وچ قرآن جے جے بندے کو نام علی چنگا لگدا ہے اونچا نعرہ ہے حیدری میں تو وہ تقریر شروع کیتی ہے جڑی کراچی دے مجمع وچ پڑھی دی ہے تے تساں کوئی انہاں کول گھٹ ہو انہاں دیاں 4 رکھیاں ہوندیاں بولو تواڈا میرا عمل بعد وچ قرآن پہلے 14 دا عمل پہلے قرآن مزید سونا کر کے آکھاں مزید تسیں سونا کر کے سنا ہے توں تے میں قرآن دے محتاج ہیں قرآن 14 دا محتاج ہے سبحان اللہ
ਇਹ ਚੁੰਡ ਰਹਿ ਗਈ ਹੈ, ਇਹ ਚੁੰਡ ਨਹੀਂ ਰਲ ਗਏ ਰਲ ਗਏ ਰਲ ਗਏ ਵੀ ਆ ਜੁਮਲਾ ਆਖਾਂ ਮਾਨਾ ਹੀ ਹੋਏ। ਜੁਮਲਾ ਦੀ ਤਾਂ ਕਮੀ ਕੋਈ ਨਹੀਂ ਨਾ, ਤੁਹਾਡੀ ਦੁਆ ਚਾਹੀਦੀ ਹੈ। ਜੁਮਲਾ ਦੀ ਕੋਈ ਕਮੀ ਨਹੀਂ, ਅਲਹਮਦੁਲਿਲਾ ਸੁਬਹਾਨ ਅੱਲਾ। ਤੂੰ ਤੇ ਮੈਂ ਅਮਲ ਕਰ ਨਹੀਂ ਸਕਦੇ ਜੇ ਤਈ ਕੁਰਾਨ ਆਵੇ ਨਹੀਂ, ਕੁਰਾਨ ਆਉਂਦਾ ਨਹੀਂ ਜੇ ਤਈ 14 ਅਮਲ ਕਰ ਨਾ ਲਵਨ। ਇਹਨਾਂ ਦੇ ਬੈਠਣ ਦਾ ਨਾਂ ਕੁਰਾਨ ਹੈ, ਸਿਰ ਨਾ ਹੱਲੇ ਰਾਸ਼ਾ ਹੋ ਪੈਂਦਾ। ਇਹਨਾਂ ਦੇ ਬਾਹਵਣ ਦਾ ਨਾਂ ਕੁਰਾਨ ਹੈ, ਇਹਨਾਂ ਦੇ ਉਠੀਵਣ ਦਾ ਨਾਂ ਕੁਰਾਨ ਹੈ, ਇਹਨਾਂ ਦੇ ਬੋਲਣ ਦਾ ਨਾਂ ਕੁਰਾਨ ਹੈ, ਇਹਨਾਂ ਦੇ ਦੇਖਣ ਦਾ ਨਾਂ ਕੁਰਾਨ ਹੈ, ਇਹਨਾਂ ਦੀ ਨਮਾਜ਼ ਦਾ ਨਾਂ ਕੁਰਾਨ ਹੈ, ਇਹਨਾਂ ਦੇ ਕਿਆਮ ਦਾ ਨਾਂ ਕੁਰਾਨ ਹੈ, ਇਹਨਾਂ ਦਾ ਕੂਰ ਦਾ ਨਾਂ ਕੁਰਾਨ ਹੈ, ਇਹਨਾਂ ਦੇ ਰੁਕੂ ਸਜੂ ਤਸਬੀਹ ਤਹਲੀਲ ਦਾ ਨਾਂ ਕੁਰਾਨ ਹੈ। ਇਹ ਕਹਿ ਕੁ ਸੱਜਣ ਤਾਂ ਹੀ ਕੁਰਾਨ ਬਣਦਾ ਹੈ, ਕਹਿ ਕੁ ਭਜਾਵੇਂ ਤਾਂ ਹੀ ਕੁਰਾਨ ਬਣਦਾ ਹੈ। ਬਾਬਾ ਤੁਸਾਂ ਬੱਚੇ ਬੈਠੇ ਹੋ, ਗਵਾਂਢੀ ਇੰਝ ਤਾਂ ਨਹੀਂ ਆਉਂਦੇ ਨਾ ਸਾਈਂ, ਗਵਾਂ ਹਮਸਾਇਆ ਚੰਗਾ ਹੋਣਾ ਚਾਹੀਦਾ ਹੈ। ਗੌਰ ਹੈ, ਹੁਣ ਮੇਰਾ ਦਿਲ ਪਿਆ ਦੇ ਮਤਾਂ ਤੁਹਾਡੇ ਜ਼ਿਹਨ 'ਚ ਕੋਈ ਸ਼ੱਕੋ ਸ਼ੁਬਾ ਹੋਵੇ, ਗੁਮਾਨ ਹੋਵੇ, ਮੈਂ ਚੰਦ ਇੱਕ ਆਯਾਤ ਪੜ੍ਹ ਦੇਵਾਂ ਜੋ 14 ਅਮਲ ਪਹਿਲੇ ਕੀਤਾ ਅਤੇ ਅੱਲਾ ਇਹਨਾਂ ਦੇ ਅਮਲ ਕੋ ਦੇਖ ਕੇ ਕੁਰਾਨ ਬਣਾਇਆ। ਸ਼ੁਰੂ ਕਰੀਏ ਭਾਈ, ਮੇਰੇ ਖਾਦੇ ਵਾਲੇ ਸੁਬਹਾਨ ਅੱਲਾ। ਇਬਤਦਾ ਇਬਤਦਾ ਬਿਸਮਿਲ੍ਲਾ, ਇਬਤਦਾ ਪੈ ਕਰਦੇ ਹਾਂ, ਗੌਰ ਕਰੇ ਬਈ ਸ਼ਬੇ ਹਿਜਰਤ, ਹਾਂ ਨਾ ਕਰੇ ਮੇਰੇ ਨਾਲ ਸ਼ਬੇ ਹਿਜਰਤ। ਸ਼ਬੇ ਹਿਜਰਤ ਦਾ ਮਾਨਾ ਹੈ ਜਦੋਂ ਰਸੂਲ ਬਹੁਕਮੇ ਖੁਦਾ ਮੱਕਾ ਛੋੜਿਆ, ਉਹ ਕੋ ਦਿਨ ਸ਼ਬੇ ਹਿਜਰਤ। ਸ਼ਬੇ ਹਿਜਰਤ ਬਿਸਤਰੇ ਰਸੂਲ ਦੇ ਉੱਤੇ ਅੱਲਾਹ ਦਾ ਵਲੀ ਅਲੀ ਸੁੱਤਾ ਪਹਿਲੇ ਹੈ ਜਾਂ ਮਰਾ ਜ਼ਾਤ ਵਾਲੀ ਆਇਤ ਪਹਿਲੇ ਆਈ ਹੈ? ਅੱਛਾ ਬਾਈ, ਤੁਸੀਂ ਤਾਂ ਮਾਸ਼ਾਅੱਲਾ ਚੰਗਾ ਸੁਣਨ ਲੱਗ ਗਏ ਹੋ ਯਾਰ, ਬੜੀ ਗੱਲ ਹੈ। ਸੁੱਤਾ ਪਹਿਲੇ, ਡਰੋ ਨਹੀਂ ਬਾਈ, ਸੁੱਤਾ ਆਇਤ ਅੱਗਾ ਵਧੀਏ। ਹਾਲਤ ਰਕੂ ਦੇ ਅੰਦਰ ਬਾਈ, ਡੂ ਬੰਦਾ ਕੋ ਨਿੰਦਰਾ ਹੀ ਬੈਠੀਏ, ਮੌਲਾ ਉਹਨਾਂ ਕੋ ਸ਼ਿਫਾ ਦੇਵੇ। ਹਾਲਤ ਰਕੂ ਦੇ ਅੰਦਰ ਮਸਜਿਦ ਨਬਵੀ ਦੇ ਵਿੱਚ, ਹਾਲਤ ਰਕੂ ਦੇ ਅੰਦਰ ਮੁੰਦਰੀ ਜ਼ਕਾਤ ਵਿੱਚ ਅਲੀ ਦਿੱਤੀ ਪਹਿਲੇ ਹੈ ਯਾ ਇਨਮਾ ਵਲੀਯੁਕੁਮ ਅੱਲਾਹੁ ਵਰਸੂਲੁਹੁ ਵਾਲੀ ਆਇਤ ਪਹਿਲੇ ਆਈ ਹੈ? ਅੱਗਾਂ ਵਧੀਏ, ਥੱਕ ਤਾਂ ਨਾ ਹੋ ਗਏ, ਥੋੜ੍ਹਾ ਜਿਹਾ ਹੋਰ ਅੱਗਾਂ ਵਧੀਏ ਬਈ। ਬੜੀ ਸੋਹਣੀ ਗੱਲ, ਸਾਰਾ ਸੁਭਾਨ ਅੱਲਾ ਕਰਨਾ ਹੈ ਬਈ। ਚਾਦਰ ਤਤਹੀਰ ਤੱਲੇ ਕਿਬਲਾ, ਜਿਹੜੇ ਇਲਮ ਸੁਣਦੇ ਹੋ ਇਲਮ ਦੋਸਤ, ਮੇਰੇ 'ਚ ਮਿਸਾਲੇ ਵਾਲੀਆਂ ਗੱਲਾਂ ਨਾ, ਪਲੇਥੁਣ ਲੱਗੀਆਂ ਹੋਈਆਂ ਗੱਲਾਂ ਨਾ, ਖੁਸ਼ ਥੀਂਦੇ ਹੋ ਨਾ, ਪਲੇਥੁਣ ਨਾਲ ਹੋਵੇ ਤਾਂ ਚਟਪਟੀ ਗੱਲ ਹੋਵੇ, ਮੇਰੇ 'ਚ ਮਿਸਾਲ ਆ ਵਾ, ਤੁਸੀਂ ਵਧੇ ਚਵੀਂਦੇ ਹੋ, ਨਾਰਾਜ਼ ਨਾ ਥੀਵੇ ਪੁਰਾਣੇ ਸੰਗਤੀਆਂ। ਚਾਦਰ ਤਤਹੀਰ ਤੱਲੇ ਪੰਜ ਤਨੇ ਪਾਕ ਜਮਾ ਪਹਿਲੇ ਥੈਨ ਯਾ ਇਨਮਾ ਯੂਰੀਦੁੱਲਾਹ ਵਾਲੀ ਆਇਤ ਤਤਹੀਰ ਪਹਿਲੇ ਆਈਏ? ਬੋਲੋ, ਜਮਾ ਜਮਾ ਬੋਲੋ, ਪਹਿਲੇ ਥੈਨ
ਆਇਤ ਤਤਹੀਰ ਬਾਅਦ ਵਿੱਚ ਆਈ। ਇੱਕ ਇਹਨਾਂ ਆਯਾਤ ਚੋਂ ਇੱਕ ਆਯਤ ਦੀ ਸ਼ਰ੍ਹਾ ਕਰੋ ਚਾ ਤੁਹਾਡਾ ਰੂਹ ਹੋਵੇ ਤਾਂ। ਚਲੋ ਪਹਿਲੀ ਪਹਿਲੀ ਆਯਤ ਦੀ ਸ਼ਰ੍ਹਾ ਕਰੇ। ਇਹ ਹਰ ਆਯਤ 'ਤੇ ਵੱਖਰੀ ਵੱਖਰੀ ਮਜਲਿਸ ਹੈ। ਪਾਕ ਰਸੂਲ ਨੇ ਅਲੀ ਨੂੰ ਬੁਲਾਇਆ ਮੱਕਾ, ਪੜ੍ਹੇ ਲਿਖੇ ਹਜ਼ਰਾਤ, ਆਵਾਜ਼ ਆਈ, ਯਾ ਅਲੀ, ਕੁਫਾਰੋ ਮੁਸ਼ਰਕੀਨ ਦਾ ਪ੍ਰੋਗਰਾਮ ਹੈ ਸ਼ਬ ਖੂਨ ਮਾਰਨ ਦਾ, ਮੈਕੂ ਰਾਤ ਦੀ ਤਾਰੀਕੀ ਵਿੱਚ ਕਤਲ ਕਰਨ ਦਾ ਇਹਨਾਂ ਦਾ ਪ੍ਰੋਗਰਾਮ ਹੈ। ਇਹਦਾ ਮਨ ਹੈ ਸ਼ਬ ਖੂਨ, ਇਹਨਾਂ ਦਾ ਪ੍ਰੋਗਰਾਮ ਹੈ ਮੈਕੂ ਰਾਤੀ ਕਤਲ ਕਰਨ ਦਾ। ਅਤੇ ਅੱਲਾਹ ਨੇ ਫਰਮਾਇਆ ਤੂੰ ਹਿਜਰਤ ਕਰ, ਮੇਰੇ ਬਿਸਤਰ ਦੇ ਉੱਤੇ ਸੁਮਸੋ। ਹਾਏ ਹਾਏ ਹਾਏ, ਦਸਤੇ ਯਦੁੱਲਾਹੀ ਮੇਰੇ ਇਮਾਮ ਨੇ ਆਪਣੇ ਪਾਕ ਸੀਨਾ ਇਲਮੇ ਲਦੁਨੀ ਤੇ ਮਾਰਿਆ, ਅਰਜ਼ ਕੀਤੀ ਮੈਂ ਸੁਮਸਾਂ। ਅਗਰ ਇਹ ਗੱਲ ਸਮਝ ਆ ਗਈ ਮੈਂ ਚਿਹਰੇ ਪੜ ਗਿਣੇ ਨੇ। ਭਰਾ ਦੀ ਪੇਸ਼ਾਨੀ ਚੁੰਮ ਕੇ ਫਰਮਾਇਆ ਯਾ ਅਲੀ, ਬੜੀ ਜਲਦੀ ਆਖੇ ਚਾ ਮੈਂ ਸੁਮਸਾਂ। ਸੁਣੇ ਯਾ ਅਲੀ, ਅੱਜ ਇਹ ਮੇਰਾ ਬਿਸਤਰ ਆਰਾਮੋ ਸਕੂਨ ਦਾ ਬਿਸਤਰ ਨਹੀਂ, ਅੱਜ ਇਹ ਮੇਰਾ ਬਿਸਤਰ ਮੌਤ ਵਾਲਾ ਬਿਸਤਰ ਏ, ਤੇ ਤੈਂ ਆਖੇ ਮੈਂ ਸੁਣਦਾ। ਆਖਾਂ ਜੁਮਲਾ ਤੇਰਾ ਤੇ ਮੇਰਾ ਇਮਾਮ ਦੇਖ ਕੇ ਆਦੇ, ਯਾ ਰਸੂਲ ਅੱਲਾਹ ਮੌਤ ਆਖ ਕੇ ਮੈਨੂੰ ਨਾ ਡਰਾਓ, ਅੱਗੇ ਮੇਰੇ ਬਾਬੇ ਇਮਰਾਨ ਨੇ ਸ਼ੇਬੇ ਅਬੀ ਤਾਲੇ ਵਿੱਚ ਮੌਤ ਦੇ ਬਿਸਤਰ ਤੇ ਸੁੰਮਣ ਦੀ ਟ੍ਰੇਨਿੰਗ ਮੈਨੂੰ ਦੇ ਚੁੱਕਾ ਹੈ। ਸਾਰੇ ਬੋਲੋ ਸੁਭਾਨ ਅੱਲਾਹ। ਜਿਲੇ ਮੈਂ ਮਹਿਲੇ ਸ਼ੁਰੂ ਕੀਤੀ ਹੈ ਨਾ ਸਾਈਂ, ਊਂ ਵੇਲੇ ਮੇਰੇ ਨੰਬਰ ਹੈ 10/100 ਵੱਤ 50/100 ਵੱਤ 80/100, ਹੁਣ ਮੈਂ 90 ਤੇ ਅਪੜ ਗਈਆਂ। ਇਹ ਸਾਈਆਂ ਦੀ, ਇਹ ਮੇਰੇ ਬਿਰਾਵਾਂ ਦੀ ਦੁਆ ਹੈ ਨਾ ਬਜ਼ੁਰਗਾਂ ਦੀ। ਅਤੇ ਹੁਣ ਤੁਸੀਂ ਦੇਖਿਆ ਮੈਂ 100/100 ਤੇ ਵਹਿੰਦਾ ਪਈਆਂ ਜੀ। ਇਹ ਹੁਣ ਵੇਖੋ, ਇਹ ਤਾਂ ਸੈਯਦ ਤਾਹਿਰ ਦੀ ਮੇਰੇ ਉੱਤੇ ਕਰਮ ਨਵਾਜ਼ੀ ਹੈ, ਕਿਉਂਕਿ ਮੈਂ ਪਿੰਨਾ ਉਹਨਾਂ ਕੋਲ। ਮੈਂ 14 ਮਾਸੂਮੀਨ ਵਿੱਚੋਂ ਪਾਕ ਸੈਨ ਦਾ ਮੁਤਵੱਸਿਲ ਹਾਂ, ਸ਼ਹਿਜ਼ਾਦੀ ਕਾਇਨਾਤ ਦਾ ਮੁਤਵੱਸਿਲ ਹਾਂ। ਅਲੀ ਸੁਮੋ, ਆਵਾਜ਼ ਮੌਲਾ ਤੁਸੀਂ ਜਾਓ ਮੈਂ ਸੁਣ ਪੋ ਸਾਂ। ਨਹੀਂ ਆ ਅਲੀ, ਮੈਂ ਆਪਣੇ ਹੱਥੇ ਤੇ ਕੋ ਆਪਣੇ ਬਿਸਤਰ ਤੇ ਸੁਮਾ ਕੇ ਵੈਸੇ ਨਬੀ ਦਾ ਹੁਕਮ ਹੈ ਸਾਈਂ। ਅਲੀ ਕਿਵੇਂ ਨਾ ਮੰਨੇ, ਅਲੀ ਲੇਟ ਗਏ, ਆਪਣੇ ਮੋਢਿਆਂ ਤੋਂ ਕਾਲੀ ਕੰਬਲੀ ਲਹਾਈ। ਤੁਹਾਡਾ ਇੱਕ ਜੰਗ ਦਾ ਜ਼ਾਕਿਰਾ ਤਾਂ ਹੁੰਦਾ ਇੱਕ ਕਾਲੀ ਤੇ ਵੱਧ ਕੰਬਲੀ, ਰੰਗ ਤਾਂ ਲੱਗ ਗਏ ਨਾ। ਸੁਭਾਨ ਅੱਲਾਹ, ਰਸੂਲ ਨੇ ਆਪਣੇ ਮੋਢਿਆਂ ਤੋਂ ਕਾਲੀ ਕਮਲੀ, ਅੱਬਾ ਇਹ ਕਾਲੀ ਕਮਲੀ ਮੈਂ ਤਾਂ ਬਈ ਸਮਝੋ, ਰਸੂਲ ਲਹਾਈ ਅਤੇ ਉਹ ਪੂਰੀ ਕਾਲੀ ਕਮਲੀ ਅਲੀ ਦੇ ਪੈਰਾਂ ਕੋਲ ਗਿਣ ਕੇ ਸਿਰ ਤੱਕ ਰਸੂਲ ਨੇ ਅਲੀ ਦੇ ਉੱਤੇ ਪਾਈ। ਜਿਹੜਾ ਇਸ ਜੁਮਲੇ 'ਤੇ ਸੁਭਾਨ ਅੱਲਾਹ ਨਾਕ ਸੀ ਮੈਂ ਕੋ ਦੁੱਖ ਲੱਗ ਸੀ, 3 ਦਫਾ ਪੈਰਾਂ ਤੋਂ ਸਰ ਤਾਈਂ, ਸਰ ਤੋਂ ਪੈਰਾਂ ਤਾਈਂ, ਸਰ ਤੋਂ ਪੈਰਾਂ ਤਾਈਂ, ਪੈਰਾਂ ਤੋਂ ਸਰ ਤਾਈਂ, ਪੈਰਾਂ ਤੋਂ ਸਰ ਤਾਈਂ, ਸਰ ਤੋਂ ਪੈਰਾਂ ਤਾਈਂ, 3 ਦਫਾ ਜੁਮਲਾ ਗੌਰ ਨਾਲ ਸੁਣਨਾ, ਦਿਲ ਆਖੇ ਤਾਂ ਸੁਭਾਨ ਅੱਲਾਹ ਕਰਨਾ। ਨਬੀ ਨੇ ਗੌਰ ਨਾਲ ਅਲੀ ਨੂੰ ਡਿੱਠਾ, ਜਿਹੜੇ ਨਬੀ ਨੂੰ ਯਕੀਨ ਹੋ ਗਿਆ ਕਿ ਹੁਣ ਇਹ ਅਲੀ ਨਹੀਂ ਮੁਹੰਮਦ ਨਜ਼ਰ ਪਿਆ ਆਉਂਦਾ।
सारे हाथ बुलंद करके है सुभान ई मजलिस च मेरे ओ संगी भी बैठे न जेड़े मैं को कम अज कम 38-39 साल तो सुनन लगे बैठे मास्टर साहब बैठे बाए बैठे बहुत सारे ते मैं को इन मालूम होंदा पिया है तुहाड़ी मुहब्बत ते सैन पाक दी करम नवाजी नाल मैं पहली मजलिस पढ़दा पिया नहीं तो बंदे आदन यार एडा अरसा हो गया सुन दिया यार वो जिक्र कोई पुराना होंदा बोलो नहीं ये जो तुस जदन दे नमाज पढ़न लगे हो तो हर नमाज सूरत कुल हो वल्ला तो सूरत अलहमद पढ़ते हो वह तो नहीं पढ़नी चाहिए रोज पढ़ते खड़े हैं 100 साल हो गया इन ना बाबा और तेरी हयाती हो गौर है रसूल डिठे पे हूँ ए मुहम्मद नजर पे आंदा है पाक रसूल ने फी अमानिल्ला फी अमानिल्ला यानी अमान मेरी पढ़ो जागो यार और चौथी पंजवीं चाहते होंगे ऐसे खाली जगह पुर कीजिए मशा कौन दिया अमान मेरी हवाले अल्लाह दे करें दे ते रसूल निकले बहर तो कुफारो मुशरकिन तारीख पढ़दा खड़ा शिया सुनी तारीख कुफारो मुशरकिन रसूल दे घर नू बाहरों घेरिया होया है जुमला सुनना है पाक नबी जमीन ते झुके ते एक मुठ मिट्टी दी अपने पाक वेढ़े विच उचाई ते रसूल ने उस उत्ते पढ़िया वा आना तिल वजूह लिल हय्यल कुयूम वो मिट्टी दम की थी ते दरवाजा खोल के बाहर निकले सुनिया करो यो ये गल्ला दरवाजा खोल के बाहर निकले ए इन मिट्टी वाली मुठ नु उड़ाया वो को एडी सियाणी मिट्टी बन गई रसूल दे हाथ नाल मस हो के वो वट मिट्टी मिट्टी देर नहीं आई जितने वो मिट्टी दे बने हुए बुत खड़े हैं ना वो हर कहते आखे च जरा जरा गया मिट्टी दा वो अखी मलेंदे रहे ते रसूल विच निकल गया अठानवे बटा 100 ते पहुंच गया सही बाकी 2 नंबर रह गए वही हूने ले ਹੁਣ ਲੈ ਲੈਂਦੇ ਗੌਰ ਗੱਲ ਅਰੇ ਬਈ ਜਿਹੜੀ ਗੱਲ ਹੱਕ ਹੋਵੇ ਨਾ ਸਾਈਂ ਬਜ਼ੁਰਗ ਬੈਠੇ ਹੋ ਭਾਈ ਵੱਡੇ ਪੜ੍ਹੇ ਲਿਖੇ ਜਿਹੜੀ ਹੱਕ ਹੋਵੇ ਨਾ ਜ਼ਿੱਦ ਚੰਗਾ ਨਹੀਂ ਹੁੰਦਾ ਵੇ ਬੰਦਾ ਜ਼ਿੱਦ ਕਰ ਖੜੋਵੇ ਜੀ ਥੋੜ੍ਹੀ ਜਿਹਾ ਈਕੋ ਡੋ ਥੋੜ੍ਹਾ ਜਿਹਾ ਜ਼ਰਾ ਹੀ ਇਵੇਂ ਹੁਣ ਮੈਂ ਜ਼ਿੱਦ ਕਰਾਂ ਇਵੇਂ ਕੋਈ ਚੰਦ ਕਦਮ ਰਸੂਲ ਤੁਰੇ ਹੈਂ ਅਤੇ ਪਿੱਛੋਂ ਪੇਰਾਂ ਦੀ ਆਹਟ ਆਏ ਇਹ ਕੁਰਾਨ ਪੜ੍ਹਦਾ ਖੜਾ ਰਸੂਲ ਜੋ ਇੰਝ ਪਿੱਛਾ ਵੇਖਿਆ ਨਾ ਇੱਕ ਉੱਚੀ ਕੱਦ ਵਾਲਾ ਬਜ਼ੁਰਗ ਉਹ ਤੁਰਦਾ ਮੌਲਾ ਤੁਹਾਡੀ ਜ਼ਿੰਦਗੀ ਕਰੇ 99 ਤੇ ਆ ਗਿਆ 99 ਤੇ ਰਸੂਲ ਆਖੋ ਤੂੰ ਕਿਹਦੇ ਉਸ ਆਖੇ ਸਾਈਂ ਇਕੱਲੇ ਵਹਿੰਦੇ ਪਏ ਹਾਵੇ ਮੈਂ ਕਿ ਪਾਕ ਰਸੂਲ ਕੱਲਾ ਨਾ ਜਾਵੇ ਮਹਬੂਬ ਖੁਦਾ ਹੈ ਗਰਜ਼ ਖਿਲਕਤ ਕਾਇਨਾਤ ਹੈ ਸਾਡਾ ਨਫੀਸ ਰਸੂਲ ਹੈ ਅਤੇ ਆਓ ਨਾ ਮੈਂ ਤੁਹਾਨੂੰ ਮੋਢਿਆਂ 'ਤੇ ਚਾਹਦਾ ਸਮਝ ਗਏ ਹੋ ਨਹੀਂ ਬਈ ਨਹੀਂ ਹੱਥ ਬੁਲੰਦ ਕਰਕੇ ਨਾਰਾ ਹੈ ਦਰੀ ਓਏ ਮੌਲਾ ਦੇ ਮਦਾ ਖਾਨ ਜਿਹੜੇ ਪੜ੍ਹਦੇ ਵਧਣ ਨਾ ਆ ਸਾਡੀਆਂ ਗੱਲਾਂ ਯਾਦ ਕਰਕੇ ਤੁਹਾਨੂੰ ਸੁਣਵੇਂ ਦੇ ਵਧਣ ਅਮਰੀਕਾ ਦਾ ਇੱਕ ਮੌਲਵੀ ਹੈ ਵੱਡੋੜ ਮੌਲਵੀ ਹੈ ਵੱਡੋੜ ਨਾ ਨਾ ਚਾਹੁੰਦਾ ਨਾ ਨਾ ਏਡਾ ਏਡੀ ਪੱਗ ਇਸ ਏਡੀ ਜਿਤਨੇ ਮੈਂ ਹੱਥ ਕੀਤੀ ਖੜਾ
ਏਡੀ 3000 ਕੇਸਟ ਮੇਰੀ ਰੱਖੀ ਪਈ ਹੈ ਤੇ ਹਰ ਚੌਥੇ ਪੰਜਵੇਂ ਦਿਨ ਮੇਰੇ ਫੋਨ ਕਰੇਂਦਾ ਸਾਈਂ ਜਿਹੜੀ ਤੁਸੀਂ ਫਲਾਣੀ ਮਜਲਿਸ ਪੜ੍ਹੀ ਹੈ ਉਹਦਾ ਹਵਾਲਾ ਕਿੱਥਾਂ ਲਿਖਾ ਹੋ ਮੈਂ ਆਖੋ ਮਰੇ ਆਪ ਹੀ ਕੋਈ ਕਿਤਾਬ ਪੜ੍ਹ ਜਾ ਤੇ ਜਿਹੜੇ ਅੱਜ ਕੱਲ੍ਹ ਕਈ ਜਦੀਦ ਮੌਲਵੀ ਆਏ ਵਧਣ ਜਦੀਦ ਉਹ ਸਾਡੀ ਸਰੇਕੀ ਵਾਲੀ ਤਕਰੀਰ ਨੂੰ ਉਰਦੂ ਬਣਾ ਕੇ ਤੁਹਾਨੂੰ ਸੁਣਵਾਏ ਦੇਖਣ ਤੁਸੀਂ ਦੱਸ ਲਓ ਸੁਭਾਨ ਅੱਲਾ ਗੌਰ ਹੈ ਵੈਸੇ ਮੇਰੀ ਲੱਖ ਮਜਾਲ ਹੈ ਮੇਰੀ ਲੱਖ ਮਜਾਲ ਉਸ ਨਬੀ ਨੂੰ ਚਾਹ ਲਿਆ ਮੂੰਢਿਆਂ ਤੇ ਕੁਰਾਨ ਪੜ੍ਹਦਾ ਖਣਾ ਚਾਹ ਲਿਆ ਅੱਗੂ ਗਾਰ ਆ ਗਈ ਨਬੀ ਤੇ ਉਹ ਦੋਵੇਂ ਗਾਰ ਹੀ ਚਲੇ ਗਏ ਅੱਲਾ ਜਲਦੀ ਜਲਦੀ ਹੁਕਮ ਦਿੱਤਾ ਮੱਕੜੀ ਨੂੰ ਉਹ ਕੁਰਾਨ ਯਾਰ ਉਹ ਜਲਦੀ ਜਲਦੀ ਨਾ ਗਾਰ ਦੇ ਮੂੰਹ ਦੇ ਉੱਤੇ ਪੜੋ ਤੁਹਾਨੂੰ ਪਤਾ ਕੋਈ ਨਹੀਂ ਉਹ ਜਾਲਾ ਉਹ ਫੌਰਨ ਕਬੂਤਰੀ ਆ ਗਈ 100 ਤੋਂ ਨਿਕਲਵਾ ਮੈਂ ਉਹ ਕਬੂਤਰੀ ਆ ਗਈ ਉਸ ਜਲਦੀ ਜਲਦੀ ਸਿੰਧੂ ਅੰਡੇ ਲਹਾਏ ਜਾ ਅੰਡੇ ਲਹਾ ਕੇ ਕਬੂਤਰੀ ਅੰਡਿਆਂ ਤੇ ਬਹਿ ਗਈ ਪਿੱਛੇ ਕੀ ਹਾਲ ਹੈ ਇਹ ਗੱਲ ਇੱਥਾਂ ਹੀ ਰੋਕ ਉਹਨੂੰ ਪਿੱਛੇ ਹਟਦੇ ਪੈ ਮੈਂ ਕੋਈ ਯਾਦ ਲਿਵਾਏ ਮੈਂ ਤਾਂ ਮੈਂ ਭੁੱਲਾਂ ਇਹੋ ਯਾਦ ਰੱਖਾ ਹੈ ਵੀ ਕਬੂਤਰੀ 2 ਅੰਡੇ ਦਿੱਤੇ ਅਤੇ ਉੱਤੇ ਬੈਠੀ ਹੈ ਮੈਂ ਭੁੱਲਣ ਹੀ ਲੱਗਾ ਤਾਂ ਯਾਦ ਦਿਵਾਏ ਸੁਣ ਵਾ ਤਾਂ ਮੈਨੂੰ ਯਾਦ ਆਵੇ ਸੀ ਤਕਰੀਰ ਹੁਣ ਪਿੱਛਾ ਹਟੇ ਵੈਨੇ ਹੈ ਠੀਕ ਹੈ ਮੇਰਾ ਬੱਚਾ ਮੈਨੂੰ ਬੜੀ ਖੁਸ਼ੀ ਹੈ ਮੇਰੇ ਬੱਚੇ ਲੁਤਫ ਨਾਲ ਸੁਣ ਰਹੇ ਹਨ ਹੁਣ ਪਿੱਛੇ ਹਟੀਏ ਉਹਨਾਂ ਸਾਈਂ ਸੁਬਹ ਤਾਈਂ ਤਾਂ ਇੰਤਜ਼ਾਰ ਕੀਤੀ ਉਹ ਜਿਹੜੇ ਖੜੇ ਹਨ ਮਾਰੂ ਉਹਨਾਂ ਆਖੋ ਨਬੀ ਤਾਂ ਨਹੀਂ ਪਿਆ ਉੱਠਦਾ ਉਹ ਜਿਹੜੇ ਉਹਨਾਂ ਵਿੱਚੋਂ ਚੰਗੇ ਪਹਿਲਵਾਨ ਹੈ ਨਾ ਸ਼ੀਆ ਸੁੰਨੀ ਤਾਰੀਖ ਪੜ੍ਹਦਾ ਖਣਾ ਤਲਵਾਰਾਂ ਲਾਈਆਂ ਹੋਈਆਂ ਉਸ ਕੰਧ ਕੰਧ ਪਾਰ ਕਰ ਰਿਹਾ ਹੈ ਇਹ ਪੁਰਾਣੇ ਕੰਧਾਂ ਟੱਪਣ ਵਾਲੇ ਨੇ ਉਹ ਕੈਮਰਾ ਲਾਈਵ ਚੱਲਦੀ ਖੜੀ ਇਹ ਗੱਲਾਂ ਬਹੁਤ ਜਿਹੜੀਆਂ ਮੈਂ ਇੰਨੇ ਵਿੱਚ ਗੁਜ਼ਰਦਾ ਵੱਧਾ ਉਹ ਤੇਰੀ ਹਯਾਤੀ ਹੋਵੇ ਮੌਲਾ ਠੀਕ 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 ਆ ਕਈ ਤੂੰ ਮੇਰਾ ਮੁਖਲਿਸ ਹੈ ਜੀ ਆ ਇਹਨਾਂ ਦਾ ਰੂਹ ਹੈ ਬਈ ਕੋਈ ਡਾਂਗ ਮਾਰੇ ਨਹੀਂ ਉਸ ਅੰਦਰ ਆ ਗਏ ਉਹਨਾਂ ਆਖੋ ਇਹੋ ਕਮਰਾ ਨੇ ਜਿੱਥੇ ਰਸੂਲ ਸੁਣਦਾ ਇਹੋ ਹੌਲੇ ਹੌਲੇ ਉਹਨਾਂ ਦਰਵਾਜ਼ਾ ਖੋਲਿਆ ਉਹਨਾਂ ਆਖੋ ਉਹ ਸੁੱਤਾ ਪਿਆ ਉਹ ਸੁੱਤਾ ਪਿਆ ਓਏ ਉਹਨਾਂ ਆਖਿਆ ਉਹ ਮੁਹੰਮਦ ਸੁੱਤਾ ਪੇ ਓਏ ਹਰ ਕਹਿ ਨੂੰ ਨਬੀ ਦੀ ਜਗ੍ਹਾ ਤੇ ਨਾ ਬਲਾ ਅੱਲਾ ਵਾਸਤੇ ਮੇਰੀ ਗੱਲ ਸੁਣਨੀ ਹੈ ਜ਼ਾਇ ਨਹੀਂ ਕਰਨੀ ਹਰ ਕਹਿ ਨੂੰ ਮੁਹੰਮਦ ਦੀ ਜਗ੍ਹਾ ਤੇ ਨਾ ਬਲਾ ਮੁਹੰਮਦ ਦੀ ਜਗ੍ਹਾ ਤੇ ਉਹ ਬਹਿ ਸਕਦਾ ਹੈ ਜਿਹਦੇ ਉੱਤੇ ਲੋਕਾਂ ਨੂੰ ਕਦੇ ਰੱਬ ਹੋਵਣ ਦਾ ਸ਼ੱਕ ਪੋਵੇ ਕਦੇ ਮੁਹੰਮਦ ਹੋਵਣ ਦਾ ਸ਼ੱਕ ਪੋਵੇ ਬੋਲੋ ਯਾ ਅਲੀ ਉੱਚਾ ਆਖਣਾ ਮੇਰਾ ਬੱਚਾ ਤੂੰ ਮੇਰਾ ਨਾਲ ਨਾਲ ਬੈਠਾ ਗੌਰ ਹੈ 100/100 ਥੀ ਗਈ ਹੈ ਹੁਣ ਉੱਤਾਂ ਵਹਿੰਦੇ ਪਏ ਮੇਰੇ ਨਾਲ ਰਵਿਆ ਹੈ ਉਹਨਾਂ ਨਾ ਉਹਨਾਂ ਆਖੇ ਬਹੁ ਨਾ ਘਬਰਾਓ ਨਬੀ ਕੀਆਂ ਲੜਨਾ ਸਾਡੇ ਨਾਲ ਹੁਣ ਸੁਣਾ ਉਹ ਜਿਹੜਾ ਉਹਨਾਂ 'ਚ ਚੰਗਾ ਤਾਕਤਵਰ ਬੰਦਾ ਹੈ ਨਾ ਤਾਕਤ ਵਾਲਾ ਤਾਰੀਖ ਪੜ੍ਹਦਾ ਖਣਾ ਕੁਰਾਨ ਤਫਸੀਰ ਕੁਰਾਨ ਅਤੇ ਤਾਰੀਖ 3 ਸਾਈਂ ਪੜ੍ਹਦਾ ਖਣਾ ਜਿਹੜਾ ਉਹਨਾਂ 'ਚੋਂ ਚੰਗਾ ਪਹਿਲਵਾਨ ਆ ਨਾ ਉਸ ਸੁਬਹਾਨ ਅੱਲਾ ਅੱਲਾ ਕਰੇ ਸੀ ਮੇਰੀ ਗੱਲ ਜ਼ਾਇ ਨਾ ਥੀ ਸੀ ਉਸ ਮੁਹੰਮਦ ਸਮਝ ਕੇ
मुहम्मद समझ के उस इन मुंह तो कपड़ा हटाया, वो तो अली है। नहीं नहीं मेरा दिल खुश नहीं होया, ओए मुहम्मद ते अली दाइयो कमाले, मुहम्मद ते अली दा जुमला सुनना, ओए मुहम्मद ते अली दा इो कमाले, मुहम्मद सुमे ता अली उठ दे, अली सुमे ता नबी उठ दे। ऊंचा नारा है, सारे आखो सौ तो लंघ गए हैं से लंघ गए मेरे भरावां बुजुर्ग आ गए सौ तो लंघ गए। सुभान अल्लाह, जुमला सुनाए कोई हाल है तो मैं तकरीर हलाई भी नहीं, हाले तो सजू खबू में वर्दा। वो मौला अली ने सुभान अल्लाह, मौला सुन दे बड़ी में तवज्जो ना, सुन दे पई में सुन दे आओ हुन तुसा सुभान अल्लाह ना आखो मैं राजी हां, मगर मेरी तकरीर नहीं भूलनी। मौला अली ने ऐनुल्लाही अखा खोलिया, वजहुल्लाह वाले चेहरे दे उते आहा थोड़ी जई, थोड़ी जई नाराजगी दे आसार, गुस्से दे आसार नुमाया थाए। अली अंगड़ाई लई, उन्ना समझिया अली पासे नालों जुल्फकार चैंदा पिया। वो दो कदम पिछा ते हट गए, या अली असा लड़न नहीं आए। क्यों आयो? अली उठदा भी आए कुछ, क्यों आयो? असा मुहम्मद नु वदे गुलें दे। सुनाए या अली मुहम्मद की दे गया, ये गल समझनी। झूठ भी नहीं बोलना जो इमामत के खिलाफ है। हाय हाय हाय, सिर ना भाई सिर आखो चाहिए सारे आखो सुबहान अल्लाह। झूठ भी नहीं बोलना, दसना भी नहीं, दसना भी नहीं, ते झूठ मारे तो इमाम नहीं रहा। झूठ नहीं मारना ते दसना भी नहीं। सुबहान अल्लाह, मौला अली ने गुस्से दे लहजे च फरमाया, ना मुरादा हो काफरा हो मुशरकीना हो, मेरे कोल जो मुहम्मद दा पता पुछण आ गयो, मुहम्मद मेरे जिम्मे ला गए हावे। बोलो ना गए कावड़ न कर ते असा वेंदे पए। हुण वट उदे गार देर चलिए ये गल इत्थे हो गई, वट पिछा वाला समय हुण किथे चलिए, किथे छोड़ा हमी ओ तुहाडी हयाती होवे कब या ਉਹ ਜਨਾਬ ਘੋੜਿਆਂ ਤੇ ਚੜ ਕੇ ਨਾ ਉਹਨਾਂ ਆਖੇ ਇਦਾਂ ਹੀ ਗਿਆ ਉਸ ਇਹ ਪੇਰੇ ਲੱਗੇ ਪੈਣ ਉਸੀ ਗਾਰ ਤਾਈ ਤਾਂ ਆ ਗਏ ਬਲਕਿ ਗਾਰ ਦੇ ਉੱਤੇ ਉਹ ਖੜੋ ਕੇ ਗੱਲਾਂ ਖੜੇ ਕਰੇ ਦਿਨ ਉਹ ਆਇਆ ਤਾਂ ਇਦਾਂ ਹੀ ਹੈ ਕਿਤੇ ਕੀ ਹੈ ਕਿਨਾਂ ਆਖੇ ਉਹਨਾਂ ਆਖੋ ਗਾਰ ਕੱਢਾਂ ਦੀ ਗਾਰ ਬੰਦੇ ਉਹ ਜਾਲਾ ਮੱਖੜੀ ਦਾ ਉਹ ਵਿਚਾਰੀ ਕਬੂਤਰੀ ਹਾਏ 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 ਉਹ ਇੰਝ ਬਚੇਂਦਾ ਹੀ ਆਪਣਿਆਂ ਨੂੰ ਬਚਾਵੇ ਤਾਂ ਇੰਝ ਬਚੇਂਦਾ ਹੀ ਉਹ ਸਾਈਂ ਉਹਨਾਂ ਆਖ ਬੈ ਨਹੀਂ ਇੱਥੇ ਕੋਈ ਨਹੀਂ
इतने ताई पहाड़ी गार आई ना, गार चू नाग निकलिया। कुरान पिया थे नाग ते नाग ही चंगा वड्डा, ते पहाड़ वाला नाग बड़ा जहरीला होंदा ही ने। तुहाडे साडे इलाके वाले नाग जहरीले होंदे न, मगर वो बड़ा जहरीला होंदा। वो नाग निकला ते निकल आंदा तो पिया हाई रसूल दी जियारत करन। इमाम ते नबी छड़ा इंसाना दा इमाम नबी नहीं होंदा, हर शायद इमाम होंदा, हर शायद नबी। सुभान अल्लाह। ओ नाग कढ़िया ना सिर सुराख चों, ते ओ बजुर्ग जेड़े बैठे ना खुरी अपनी दित्ती उस सुराख ते। जाहिर है वो जो मौला दी ज़ियारत कर उस डंग मारना है, उस डंग मार दिता ते बजुर्गां दी चीख निकल गई, ते उत्ते वो ही खड़े हैं। हाय हाय हाय, जे तुसी गवेड़ न करो तो काय करना है। चीख निकली ते रसूल पाक ने तिखे तिखे मोंडा हलाया, ते नबी ने फरमाया ला ताहजन इन्नल्लाह माअना, और डर नहीं अल्लाह साडे नाल है। अल्लाह साडे नाल है। हुण बात पिछा चलिए, नहीं तुहाडा रूह कोई नहीं। मैनू तो मजा होना आया जी। सुबह एक दरूद पढ़ लो सारे हजरात मिलके। माशाल्लाह 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 माशाल्लाह। बाबा से बुलंद सलावत। मैं अपने बछड़े अजहर खान नु आख्या बे, जितना मैं घंटा पढ़ी खड़ा, घंटा होर पढ़ना है, आराम नाल बैठा रहो। ठीक आखन नहीं मैं नहीं। हाँ हाँ नहीं नहीं, रूह है तुहाडा मगर हसरत नहीं। मेरे पुत्र इन मेरे अजीज इन, मौला इन्हों होर रंग लावे, मौला होर इजाफा करे। साड़ी हुण केड़ी हसरत है, इवें दो त्रै मिनटां दी गाल है, एक पासे ला लवीए। मुड़ पिछे हटिया ने, मेरे नाल रलो तुसा सारे शिया सुन्नी। रसूल पाक नाल तुहाडे सामने मैं एक गल करां, ओ मेरा बच्चा करिए। या रसूल अल्लाह, मैं सैयद आगा अली हुसैन नकवी अपनी तरफों ते इन्हां सारिआं दी तरफों नुमाइंदगी करके गुजारिश कर रहा, ये एक भेरा जो तुहाडे उते जान दी कुर्बानी दित्ती है, ते तुसा महफूज जगह ते पहुँच गए हो, उस भेरा दा पता तक करो बच्चा है। जिन्हें यारी ने आखा तो गल चंगी नहीं लगी, बोलो एक भेरा। मौला अली ने पाक मुहम्मद ते जान दी कुर्बानी दिती है, एक भेरा जान बचा के चला गए। अली तलवार दे साए तले लेटा होए, दुश्मन बारू नंगियां तलवारां चाई खड़ेन, हुण कहे को भेज के या आप पता तक करो चा भई अली बचिया है।
आप निवे वेंदे ते बुजुर्ग को भेजो चा जिड़ा नबी जवाब दिता है ओ सुनो चा ते वत मेरी तकरीर दा स्टाप है हिक ते वत मैं जींदा रियोम ते तुआडी ज़ियारत तो मुशर्रफ होयम ते तुसा मैनू याद नहीं वैसो बे इथा ही छोड़ा आवे और जिवें कबूतरी आले अंडा आली गल याद दिवाई ने ते याद दिवैसो ते वत मैनू सारी तकरीर याद है लिखी हुई है को ना जी तो वत मैनू याद आवे सी खत्म नबी जिहड़ा जवाब दिता है वह सुनवावा पाक रसूल कहो कमला सैयद इन्हां सियाणे मोमना नूं दसा ने तुसीं जो चुप कर गए मैं तुहानूं कमला आखा मैं तां आप नूं आखा यार तुसीं इन्ने चो कबड़ी गए ਤੁਸੀਂ ਤਾਂ ਸਿਆਣੇ ਬੰਦੇ ਹੋ ਮਾਸ਼ਾਅੱਲਾ ਮੈਂ ਕਿਹਾ ਯਾ ਰਸੂਲ ਅੱਲਾਹ ਇਹਨਾਂ ਸਿਆਣੇ ਮੋਮਨਾਂ ਨੂੰ ਕਿ ਦੱਸਾਵਾਂ ਨਬੀ ਪਿਆ ਦਿਨ ਆਗਾ ਅਲੀ ਹੁਸੈਨ ਮੈਂ ਜਿਹੜੇ ਵੇਲੇ ਘਰੋਂ ਨਿਕਲਾਂ ਹਮ ਨਾ ਮੈਂ ਅਲੀ ਦੀ ਜ਼ਿੰਦਗੀ ਦੀ ਹਯਾਤ ਦੀ ਜ਼ਮਾਨਤ ਲੈ ਕੇ ਟੁਰਾ ਇਹ ਕੁਝ ਵੀ ਨਹੀਂ ਕਰ ਸਕਦਾ ਮੈਂ ਕਿਵੇਂ ਸੁਣਾ ਅੱਲਾ ਵਾਸਤੇ ਸੁਣਾ ਨਬੀ ਫਰਮਾਇਆ ਮੈਂ ਆਪਣੇ ਵਿਹੜੇ ਚੋਂ ਮਿੱਟੀ ਚਾਈ ਹਾਈ ਹਾਂ ਚਾਈ ਹਾਵੇ ਉਹ ਤਾਂ ਉਡਾਈ ਹਾਵੂ ਉਡਾਈ ਹਾਵੇ ਇਹ ਵਤ ਅੱਖੀ ਮਲੇਂਦੇ ਰਹਿ ਗਏ ਹਨ ਮਲੇਂਦੇ ਨੇ ਮੈਂ ਨਿਕਲ ਗਿਆ ਬਸ ਮੈਨੂੰ ਪਤਾ ਲੱਗ ਗਿਆ ਅਲੀ ਤਾਂ ਕੁਝ ਨਹੀਂ ਕਰ ਸਕਦਾ ਮੈਂ ਆਖਿਆ ਆਕਾ ਸਾਕੂ ਤਾਂ ਸਮਝ ਨਹੀਂ ਆਈ ਸਾਖੂ ਤਾਂ ਜਿਹੜੇ ਹੱਥ ਬੱਧੀ ਬੈਠੇ ਉਹ ਹੱਥ ਖੁੱਲ ਵੈ ਸਨ ਮੈਂ ਆਖਿਆ ਸਾਖੂ ਤਾਂ ਸਮਝ ਨਹੀਂ ਆਏ ਨਬੀ ਨੇ ਫਰਮਾਇਆ ਕਮਲਾ ਸੈਯਦ ਮਿੱਟੀ ਨੂੰ ਅਰਬੀ ਵਿੱਚ ਛੱਡੇਂਦੇ ਨੇ ਤੁਰਾਬ ਮੈਨੂੰ ਦੇਖਾ ਹੈ ਮਿੱਟੀ ਨੂੰ ਛੱਡੇਂਦੇ ਨੇ ਤੁਰਾਬ ਮੈਂ ਅਲੀ ਦੀ ਜ਼ਿੰਦਗੀ ਦੀ ਤਸੱਲੀ ਕਰਕੇ ਟੁਰਾਂ ਜਿਹੜੇ ਵੇਲੇ ਕੁਫਾਰੋ ਮੁਸ਼ਰਕੀਨ ਮੱਕਾ ਮੁੱਠੀ ਭਰ ਤੁਰਾਬ ਦਾ ਮੁਕਾਬਲਾ ਨਹੀਂ ਕਰ ਸਕਦੇ ਅਬੂ ਤੁਰਾਬ ਦਾ ਮੁਕਾਬਲਾ ਕਿਵੇਂ ਕਰ ਸਕਦੇ ਸਾਰੇ ਬੋਲੋ ਇਸ ਅਲੀ ਦੀਆਂ ਧੀਆਂ ਰੁਲ ਗਈਆਂ ਇੱਕ ਵੈਣ ਸੁਣ ਲਓ ਨਾਮ ਵਰੀ ਕੀਤੇ ਨਹੀਂ ਅਮਲ ਇਬਾਦਤ ਜ਼ਰੀਆ ਨਿਜਾਤ ਬਖਸ਼ਿਸ਼ ਤੂੰ ਵੀ ਉਹ ਜ਼ਹਿਨ ਰੱਖਾ ਕਰ ਇੱਕ ਦਫਾ ਸਾਰੇ ਆਖੋ ਹੈ ਜ਼ਹਰਾ ਆਖੋ ਇੱਕ ਦਫਾ ਕੋ ਹੈ ਜ਼ੈਨਬ ਸੁਬਹਾਨ ਅੱਲਾਹ ਇੱਕ ਦਫਾ ਕੋ ਹੈ ਹੁਸੈਨ ਇੱਕ ਦਫਾ ਕੋ ਹੈ ਕਰਬਲਾ ਇੱਕ ਦਫਾ ਕੋ ਹੈ ਸ਼ਾਮ ਮੇਰੀਆਂ ਗੱਲਾਂ ਬਲਕਿ ਸਾਰੇ ਪੜ੍ਹਨ ਵਾਲੀਆਂ ਦੀਆਂ ਗੱਲਾਂ ਤੁਹਾਡੇ ਜ਼ਿਹਨ 'ਚ ਮਹਿਫੂਜ਼ ਹੈ ਦਰਬਾਰ ਯਜ਼ੀਦ ਤੋਂ ਜਿਹੜੇ ਸ਼ਾਮ ਦੇ ਜ਼ਵਾਰ ਬੈਠੇ ਹੋ ਮੇਰੀ ਗਵਾਹੀ ਦਿਵਾਏ ਦਰਬਾਰ ਯਜ਼ੀਦ ਦੇ ਮੇਨ ਗੇਟ ਤੋਂ 72 ਕਦਮ ਪਹਿਲੇ ਇੱਕ ਦਰਵਾਜ਼ਾ ਹੈ ਭੰਨਾ ਟੁੱਟਾ ਅੱਜ ਵੀ ਖੜ੍ਹਾ ਮੈਂ ਸਨ 80 ਕੋਲ ਗਿਣ ਕੇ ਅੱਜ ਤਾਈਂ ਹਰ ਸਾਲ ਜ਼ਿਆਰਾਤ 'ਤੇ ਵਹਿੰਦਾ ਇਰਾਨ ਇਰਾਕ ਸ਼ਾਮ ਬਤੌਰੇ ਜ਼ਾਹਿਰ ਬਣ ਕੇ ਮੌਲਵੀ ਬਣ ਕੇ ਨਾ ਉਹ 8-10 ਸਾਲ ਹਨ ਜਿਹੜਾ ਮੈਂ ਪੜ੍ਹਦਾ ਰਿਹਾ ਹੁਣ ਵੀ ਇਨਸ਼ਾਅੱਲਾ ਤੁਹਾਡੀ ਦੁਆ ਹੋ ਸੀ
17 18 ਸ਼ਾਬਾਨ ਨੂੰ ਅਸਾਂ ਜਾ ਰਹੇ ਹਾਂ ਮੌਲਾ ਦੀ ਜ਼ਿਆਰਤ 'ਤੇ। ਮੌਲਾ ਖੈਰ ਨਾਲ ਲੈ ਜਾਵੇ, ਜਿਹੜੇ ਖਾਹਿਸ਼ਮੰਦ ਉਹ ਮੌਲਾ ਤੋਂ ਕੋ ਨਗਰੀ ਦਿਖਾਵੇ, ਬਲਕਿ ਇੰਨਾ ਅਕਸਾਂ ਲਾਉਂ ਵੇਲੇ ਤਾਈਂ ਮੌਤ ਨਾ ਦੇਵੇ, ਜੇ ਤਾਈਂ ਭੇਣ ਭਿਰਾ ਦੀ ਜ਼ਰੀ ਨਾ ਚੁੰਮ ਲਵੇ। ਕਰਬਲਾ ਗਿਆ ਕਰ ਤਾਂ ਸ਼ਾਮ ਜ਼ਰੂਰ ਗਿਆ ਕਰ। ਅਲਾਮਾ ਅਸੀਰ ਜਾੜਵੀ ਸ਼ਹੀਦ ਮਿਲਤ ਜਾਫਰੀਆ ਇੱਕ ਜੁਮਲਾ ਪਿੰਡੀ ਵਿੱਚ ਫਰਮਾਇਆ ਹੈ ਕਿ ਜਿਹੜੇ ਜ਼ਵਾਰ ਕਰਬਲਾ ਮੁਅੱਲਾ ਇਮਾਮ ਹੁਸੈਨ ਦੀ ਜ਼ਿਆਰਤ ਕਰ ਗਿੰਦਾ ਨਾ ਅਤੇ ਪਿੱਛੇ ਮਲਣ ਲੱਗਦਾ, ਉਹਲੇ ਸ਼ਾਮ ਦੀ ਮੁਸਾਫਰ ਹਸੈਨ ਦੀ ਹਕਲਾਂ ਦੀ ਹੁਸੈਨ ਕੋਈ ਜ਼ਵਾਰ ਬਚ ਗਈ ਤਾਂ ਮੈਡੋ ਹੀ ਭੇਜ ਦੇ। ਹੁਸੈਨ ਮੈਂ ਸਾਰਾ ਤੋਂ ਦੂਰ ਹਾਂ, ਨਾਨੇ ਤੋਂ ਦੂਰ ਹਾਂ, ਬਾਬੇ ਤੋਂ ਦੂਰ ਹਾਂ, ਅੰਮਾ ਤੋਂ ਦੂਰ ਹਾਂ। ਬਿਸਮਿਲਾ ਬਿਸਮਿਲਾ 50-60 ਹਜ਼ਾਰ ਜ਼ਿਆਦਾ ਲੱਗਦੇ ਨੇ ਸਾਈਂ, ਕੋਈ ਏਡੀ ਵੱਡੀ ਗੱਲ ਨਹੀਂ, ਬੰਦਾ ਸੱਜੇ ਖੱਬੇ ਲਾ ਲੈਣ। 72 ਕਦਮ ਪਹਿਲੇ ਦਰਵਾਜ਼ਾ ਹੈ, ਜੇ ਕੋ ਹੁਣ ਆ ਦਿਨ ਬਾਬੁਸਾਤ ਇਹਦਾ ਮਾਨਾ ਹੈ ਘੰਟਿਆਂ ਵਾਲਾ ਦਰਵਾਜ਼ਾ। ਕੀ ਮਾਨਾ ਹੈ? ਘੰਟਿਆਂ ਵਾਲਾ ਆਜ਼ਾਦਾਰ ਜਿਹਦਾ ਜ਼ਹਿਨ ਮਜਲੇ ਸੀ ਚੇ ਉਹਦੀ ਹੈ ਨਿਕਲਵੇ ਸੀ। ਇੱਕੋ ਘੰਟਿਆਂ ਵਾਲਾ ਦਰਵਾਜ਼ਾ ਈ ਵਾਸਤੇ ਆਖਦੇ ਨਾ ਜੋ ਈ ਦਰਵਾਜ਼ੇ ਤੇ ਅਲੀ ਦੀਆਂ ਨੂੰਹਾਂ ਤੇ ਧੀਆਂ ਤ੍ਰੈ ਦਿਹਾੜੇ ਖੜਾਈਆਂ ਗਈਆਂ। ਸੁਬਹਾਨ ਸੁਬਹਾਨ, ਵਾਹ ਵਾਹ, ਹੈ ਕਰ ਲਓ। ਕਹਿੰਦੇ ਰੋਣ ਨਹੀਂ ਆਉਂਦਾ ਇਨਸਾਨ ਨੂੰ, ਹੈ ਦਾ ਮਾਨਾ ਹੁੰਦਾ ਮੈਂ ਕੋਈ ਦੁੱਖ ਲੱਗਾ। ਕਿਤਨੇ ਦਿਨ ਆਖੋ, ਕਿਤਨੇ ਦਿਨ? ਔਕਫੂ ਹੁੰਨਾ ਅਲਾ ਬਾਬਿਸਾਅਤ ਸਲਾਸਤਾ ਅਯਾਮ, ਤ੍ਰੈ ਦਿਹਾੜੇ ਖੜੀਆਂ ਰਹੀਆਂ। ਜਿਹਦੀ ਹੈ ਨਹੀਂ ਨਿਕਲੀ ਹੁੰਦੀ ਹੈ ਵਾਸਤੇ ਜੁਮਲਾ ਬੰਦ ਲੈਂਦਾ ਪਿਆ। ਮਿੰਬਰ ਪਾਕ ਦੀ ਕਸਮ ਦਰਵਾਜ਼ੇ ਤੇ ਖੜੋ ਕੇ ਮੇਰੀਆਂ ਸ਼ਹਿਜ਼ਾਦੀਆਂ 15 ਅਜ਼ਾਨਾਂ ਸੁਣੀਆਂ। ਸੁਬਹਾਨ ਸੁਬਹਾਨ ਸੁਬਹਾਨ। ਜਿਹੜੇ ਮੁਅੱਜ਼ਿਨ ਆਜ਼ਮ ਬਿਸਮਿਲਾ ਕਰਾਂ ਬਿਸਮਿਲਾ ਕਰਾਂ, ਮਾਤਮ ਕਰਨ ਵਾਲੇ ਬਜ਼ੁਰਗ, ਜਿਹੜੇ ਮੁਅੱਜ਼ਿਨ ਆਜ਼ਾਨ ਚਾਹਦਾ ਇਨਾ ਅਸ਼ਹਦੁ ਅੰਨਾ ਮੁਹੰਮਦ ਰਸੂਲੁਲਾਹ, ਉਸ ਵੇਲੇ ਮੇਰੀ ਆਲੀ ਹੁਸੈਨ ਮਦੀਨੇ ਤੋਂ ਮੂੰਹ ਕਰਕੇ ਆਦੇ, ਨਾਨਾ ਤੇਰੀਆਂ ਅਜ਼ਾਨਾਂ ਪਈਆਂ ਆਉਂਦੀਆਂ, ਧੀਆਂ ਨੂੰ ਤ੍ਰੀਜਾ ਦਿਹਾੜਾ ਹੈ ਬਗੈਰ ਚਾਦਰਾਂ ਦੇ। ਬੜੀ ਮਕਬੂਲ ਮਜਲਿਸ ਹੈ ਯਾਰ, ਬੜੀ ਮਕਬੂਲ ਮਜਲਿਸ। ਇਹ ਬਾਜ਼ਾਰ ਦਾ ਸਫ਼ਰ ਵਹਿਣ, ਮੈਂ ਲੰਬਾ ਪੜ ਗਿਆ। ਇਹ ਬਾਜ਼ਾਰ ਦਾ ਸਫ਼ਰ ਮੇਰੀਆਂ ਸੈਣੀ ਉੱਠਾਂ 'ਤੇ ਕੀਤਾ। ਓ ਸ਼ੀਆ ਸੁਣੀ, ਓ ਕਲਮਾ ਗੋ, ਓ ਮਿੱਟੀਆਂ 'ਤੇ ਬਹਿ ਕੇ ਡੀਂਹ ਰਾਤ ਸਰਦੀ ਗਰਮੀ ਧੀਆਂ ਭੈਣਾਂ ਕੋ ਨਾਲ ਲਾ ਕੇ ਰੋਂਦੇ ਤਾਂ ਵਧੇ ਹੈ, ਜਿੰਨਾ ਜਾਈ ਤੇ ਅਲੀ ਦੇ ਪੁੱਤਰਾਂ ਨਾਈ ਆਵਣਾ ਉਨਾ ਜਾਈ ਤੇ ਅਲੀ ਦੀਆਂ ਧੀਆਂ ਆਈਆਂ ਹੈ। ਸ਼ਾਬਾਸ਼, ਇਵੇਂ ਹੱਕ ਜਿਵੇਂ ਹੁਣ ਜੋੜਾਓ ਬਲੋਂ ਬਲੋਂ। ਮੈਂ ਬੜੀ ਗੱਲ ਕਰ ਗਿਆ, ਜਿੱਥਾਂ ਮਰਦਾ ਨਾਈ ਆਵਣਾ ਪੈਦਲ, ਇਹ ਬਾਜ਼ਾਰ ਦਾ ਸਫ਼ਰ ਪੈਦਲ ਕੀਤਾ। ਸਾਦਾਤ ਭਾਈ ਇਜਾਜ਼ਤ ਦਿੰਦੇ ਹੋ? ਜਿਹੜੇ ਸੈਦ ਬੈਠੇ ਹੋ ਮੇਰੇ ਭਾਈ ਬਜ਼ੁਰਗ, 4 ਮਕਾਮ ਬਾਜ਼ਾਰ ਸ਼ਾਮ ਵਿੱਚ ਐਸੇ ਐਨ ਜਿੱਥਾਂ ਅਲੀ ਦੀਆਂ ਧੀਆਂ ਕੋ ਬਹਿ ਕੇ ਟੋਲਾ। ਮੈਂ ਕਿਹਾ ਹੈ ਕਰੇਂ ਦੇ ਰਵੇ, ਦਿਲ ਦੁੱਖੇ ਤਾਂ ਮੂੰਹ ਚੋਂ ਹੈ ਨਿਕਲਦੀ। ਬਿਸਮਿਲਾ ਬਿਸਮਿਲਾ ਬਿਸਮਿਲਾ, ਜਿਹੜੇ ਚੌਥੀ ਦਫ਼ਾ ਜਿਹੜੇ ਚੌਥੀ ਦਫ਼ਾ ਮੇਰੀ ਸ਼ਹਿਜ਼ਾਦੀ ਬਹਿ ਕੇ ਟੁਰੀਏ ਨਾ,
ਤੇ ਮੇਰੇ ਇਮਾਮ ਸੱਜਾਦ ਦੀ ਪਈਏ ਨਿਗਾਹ ਫੁੱਫੇ ਕੋ ਟੁਰਦਾ ਡਿੱਠੇ ਸ ਔਖਾ ਰੱਤ ਵਧੀਏ ਪਿਛਲੇ ਕਦਮਾਂ 'ਤੇ ਹਟਦਾ ਹੋਇਆ ਮੇਰਾ ਇਮਾਮ ਦੀਵਾਰ ਦੀ ਟੇਕ ਵੰਜ ਲੱਗੇ ਅਤੇ ਡਿੱਠੇ ਮੇਰੀ ਆਲੀਆ ਸੈਣ ਬੀਬੀਆਂ ਦੇ ਹਿੱਕ ਬਚਾਈ ਵਧੀਆਂ ਮਤਾ ਇਹ ਮਰ ਵਣੇ ਕੁਵਤ ਇਸਮਤ ਓ ਤਹਾਰਤ ਓ ਵਿਲਾਇਤ ਨਾਲ ਮਿੱਟੀ ਤੂੰ ਮੇਰੀ ਸੈਣ ਉੱਠੀਏ ਅਤੇ ਇਵੇਂ ਕੰਬਦੇ ਹੋਏ ਮਰੋ ਲਿਖਾ ਹੈ ਇਵੇਂ ਕੰਬਦੇ ਹੋਏ ਹੱਥ ਵਧਾ ਕੇ ਆਦੀਏ ਸੱਜਾਦ ਤਾਂ ਜੈ ਗੈਰਤਮੰਦ ਮਰਦ ਬਾਜ਼ਾਰ 'ਚ ਇਵੇਂ ਰੋਂਦੇ ਜਿਵੇਂ ਤੂੰ ਵੱਧਾ ਰੋਂਦਾ ਹੈ ਜ਼ਖਮੀ ਕੰਡ ਦੀਵਾਰ ਨਾਲੋਂ ਹਟਾ ਕੇ ਕੰਬਦੇ ਹੋਏ ਹੱਥ ਵਧਾ ਕੇ ਆਦੇ ਅੰਮਾ ਨਰੋਵਾਂ ਤੂੰ ਦੱਸਾਂ ਤੈਂ ਜਿਹੀਆਂ ਸ਼ਰੀਫ ਜ਼ਾਦੀਆਂ ਬਦਮਾਸ਼ਾਂ ਦੇ ਮਜਮੇ 'ਚ ਇਵੇਂ ਟੁਰਦੀਆਂ ਜਿਵੇਂ ਤੂੰ ਵਧੀ ਟੁਰ ਸੁਬਹਾਨ ਅੱਤ ਮੈਂ ਨਹੀਂ ਆਦਮਾ ਬੜੇ ਮਕਬੂਲ ਮਜਲਿਸ ਅਲਹਮਦੁਲਿਲਾ 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 ਵਹਿਣ 'ਤੇ ਆ ਗਈ 40 ਸਾਲ ਤੋਂ ਮੁਲਕ ਦੇ ਕੋਨੇ ਕੋਨੇ ਵਿੱਚ ਮੁਲਕ ਤੋਂ ਬਾਹਰ ਮੈਂ ਆਖ ਰਿਹਾ ਅਲੀ ਉਨ ਵਲੀ ਉੱਲਾ ਨਾ ਛੋੜੀ ਮਾਲ ਦੇ ਦੇਵੀ ਔਲਾਦ ਦੇ ਦੇਵੀ ਆਪਣੀ ਜਾਨ ਦੇ ਦੇਵੀ ਕਹਿੰਦਾ ਲੱਗਾ ਕੁਛ ਨਹੀਂ ਅਲੀ ਦਾ ਬੱਚਾ ਕੁਛ ਨਹੀਂ ਸਾਰੀ ਦੁਸ਼ਮਣੀ ਅਲੀ ਦੀ ਚੱਲੀ ਸਾਰੀ ਦੁਸ਼ਮਣੀ ਆਵਾਜ਼ ਗੂੰਜੀ ਇਹ ਮਕਾਨਾਂ ਦੀਆਂ ਛੱਤਾਂ ਤੋਂ ਮਾਰੋ ਹੋਵੇ ਸ਼ੀਆ ਤੇ ਹੈ ਨਾ ਕਰੇ ਮਾਰੋ ਇਹ ਅਲੀ ਦੀਆਂ ਨੋਹਾਂ ਤੇ ਗੂੰਜ ਬਿਸਮਿਲਾ 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 ਜੰਗ ਮੈਂ ਲੱਗ ਦਫਾ ਜੰਗ ਏ ਬਦਰ ਤੇ ਜੰਗ ਏ ਓਹਦ ਦੇ ਬਦਲੇ ਘਿਨੋ ਇਹਨਾਂ ਦੇ ਬਾਬੇ ਅਲੀ ਸਾਡੇ ਬਜ਼ੁਰਗਾਂ ਕੋ ਮਾਰਿਆ ਹੈ ਇੱਥਾਂ ਬੜਾ ਦੁੱਖਾ ਵਹਿਣ ਏ ਮੇਰੀ ਸਹਿਣ ਦਾ ਜਿਹੜੇ ਪੱਥਰਾਂ ਦੀ ਬਾਰਿਸ਼ ਥਈ ਹੈ ਨਾ ਅਤੇ ਬੀਬੀਆਂ ਦੇ ਕੱਪੜਾਂ ਦੇ ਰੰਗ ਸੁਰਖ ਹੋਣ ਲੱਗ ਗਏ ਸ਼ੀਆ ਜ਼ਰੂਰ ਮਾਤਮੀ ਜ਼ਰੂਰ ਹੈ ਕਰੇ ਸੀ ਸੁਣ ਸੋ ਉਹਨੇ ਬੀਬੀ ਨੂੰ ਹੱਥ ਵਧਾਏ ਅਤੇ ਬੀਬੀ ਆਦੀ ਸਾਨੂੰ ਨਾ ਮਾਰੋ ਨਾਹਨੋ ਸਬਾਇਆ ਮਿਮ ਬਣਾ ਕੇ ਰਸੂਲ ਇਲਾ ਬੀਬੀ ਆਦੀ ਅਸਾਂ ਅਲੀ ਦੀਆਂ ਨਹੀਂ ਰਸੂਲ ਦੀਆਂ ਦੀਆਂ ਬੀਬੀ ਆਖੇ ਇਹਨਾਂ ਦੀ ਦੁਸ਼ਮਣੀ ਮੇਰੇ ਬਾਬੇ ਨੇ ਬਿਸਮਿਲਾ ਕੋਈ ਦੇਰ ਲੱਗੀ ਤੇਰੇ ਰੋਂਦੇ ਆ ਯਾਰ ਮੈਂ ਲੱਗਦਾ ਫਾਕ ਮੈਂ ਲੱਗਦਾ ਫਾਕ ਮੈਂ ਲੱਗਦਾ ਫਾਕ ਬੀਬੀ ਆਖੇ ਨਾਨੇ ਦਾ ਨਾਂ ਚਾਵਾਂ ਮਟਾ ਹਯਾ ਕਰਨ ਵਤ ਪੱਥਰ ਰੁਕ ਗਏ ਨਹੀਂ ਪੱਥਰਾਂ ਦੀ ਬਾਰਿਸ਼ ਹੋਰ ਜ਼ਿਆਦਾ ਥਈ ਉੱਚੇ ਰੋਨੀ ਹੈ ਜਨਾਬੇ ਰੁਕਈਆ ਉੱਚੀ ਰੋਨੀ ਹੈ ਗਾਜ਼ੀ ਦੇ ਹਿੱਸੇ ਦੀ ਭੈਣ ਉਹ ਬਾਲੇ ਕਦਮ ਚਾ ਕੇ ਮੇਰੀ ਸੈਣ ਕੋਲ ਆਈ ਅਕਲ ਮਾਰ ਗਿਆ ਜੇ ਬੀਬੀਓ ਹੁਣ ਤਾਈ ਤਾਂ ਮੈਂ ਤੇ ਮੇਰੇ ਹਿੱਸੇ ਦੇ ਭਰਾ ਅੱਬਾਸ ਇਹ ਬਾਜ਼ਾਰ ਦਾ ਜ਼ੁਲਮ ਬਰਦਾਸ਼ਤ ਕੀਤਾ ਹੁਣ ਅਸਾਂ ਭੈਣ ਭਰਾਵਾਂ ਦੀ ਬਰਦਾਸ਼ਤ ਖਤਮ ਹੋ ਗਈ ਮੈਨੂੰ ਲਿਖਾ ਹੈ ਉਹ ਸਾਹਮਣੇ ਦੇਖ ਘੋੜੇ ਦੀ ਗਰਦਨ ਨਾਲ ਗਾਜ਼ੀ ਦਾ ਸਰ ਤੜਫਦਾ ਪਿਆ ਮੈਂ ਕੋ ਭੇਜਾਈ ਸੀ ਇਜਾਜ਼ਤ ਦੇਵੇਂ ਤੈਨਾਂ ਔਰਤਾਂ ਨਾਲ ਮੈਂ ਗੱਲ ਕਰਾਂ ਆਖਾਂ ਜੁਮਲਾ ਬੀਬੀ ਆਦ ਹੱਥ ਨਾ ਬੱਧੋ ਆਜ਼ਾਦਾਰ ਦਾ ਬੜਾ ਸ਼ਾਨ ਹੈ ਬਿਸਮਿਲਾ ਬੀਬੀ ਆਦੇ ਬਿਸਮਿਲਾ ਜਨਾਬੇ ਰੁਪਈਆ ਦੋਵੇਂ ਹੱਥ ਬੁਲੰਦ ਫਰਮਾਇਨ ਹਕਲ ਮਾਰ ਕਿਆ ਦਿਓ ਸ਼ਾਮ ਦੀਆਂ ਬਸਤੀਆਂ ਦੁਖਾਵੈਣ ਇਹਨਾਂ ਨੂੰ ਨਾ ਮਾਰੋ ਇਹ ਰਸੂਲ ਦੀਆਂ ਧੀਆਂ ਅਗਰ ਅਲੀ ਦੇ ਬਦਲੇ ਲੈਣੇ ਨੇ ਮੇਰਾ ਸਰ ਆਵਾਜ਼ਾਂ ਦੇ ਮੈਂ ਕੂ ਮਾਰੋ ਹੌਸਲਾ
हौसला मातमी बुजुर्ग हौसला हम एक बहन नाराज ना हो सो अल्लाह वास्ते नाराज ना हो सो। अच्छा मैं लग दफा आखा अचानक मेरे देखो अचानक मेरे चौथे इमाम दी निगाह मेरा रूए हर अख दा वजू हो जावे मां लैला ते पई देखे तभी भी लैला रो रही वहन कर रही है मां दे कोला क्या दे अम्मा वो जुल्म तो बड़े दिखे नी अम्मा इन वहन नहीं कीते होवे शिया ते है न करे अम्मा हुन कोई वड्डी मुसीबत आई है हकल मार क्या दे सजाद आखिर मैं अम्मा बेशक तो मां है अम्मा मातम दी वजह पढ़ा च जुमला अम्मा मातम दी वजह बीबिया दे सामने देख अते मैं दसा मैं कीवें न रोवा खड़ा हसदा है कातिल मैं दे अकबर दा मैं दे पुत्र दिशा गद कोले कोई वस लगदई